ਜੀ ਸਲਾਮ ਅਲੈਕੁਮ ਸਤਿ ਸ਼੍ਰੀ ਅਕਾਲ ਜਿਸ ਤਰ੍ਹਾਂ ਮੈਂ ਪਹਿਲੇ ਤੁਹਾਨੂੰ ਦੱਸ ਚੁੱਕਿਆ ਕਿ ਇਸ ਟਾਈਮ ਅਸੀਂ ਗੁਰੂ ਦੇ ਜਨਮ ਅਸਥਾਨ ਬਾਬਾ ਗੁਰੂ ਨਾਨਕ ਜੀ ਦੇ ਨਨਕਾਣਾ ਸਾਹਿਬ ਦੇ ਵਿੱਚ ਅਸੀਂ ਮੌਜੂਦ ਹਾਂ ਔਰ ਇਸ ਟਾਈਮ ਅਸੀਂ ਬੈਠੇ ਹਾਂ ਮੈਂ ਅਤੇ ਕਲਿਆਣ ਜੀ ਜਿਹੜਾ ਤਲਾਬ ਹੈ ਜਿਸ ਨੂੰ ਸਰੋਵਰ ਬੋਲਿਆ ਜਾਂਦਾ ਉੱਥੇ ਅਸੀਂ ਬੈਠੇ ਹਾਂ ਅਤੇ ਕਲਿਆਣ ਜੀ ਕੋਈ ਦੱਸੋ ਇਹ ਤਲਾਬ ਦੀ ਹਿਸਟਰੀ ਕਿੱਥੋਂ ਪਾਣੀ ਕਿਵੇਂ ਆਉਂਦਾ ਸੀ ਕਿਵੇਂ ਇਕੱਠਾ ਹੁੰਦਾ ਹੈ ਕੋਈ ਦੱਸੋ ਸੁਣਨ ਵਾਲਿਆਂ ਨੂੰ 1818 ਦੇ ਵਿੱਚ ਅੰਗਰੇਜ਼ਾਂ ਕੋਲੋਂ ਸਭ ਤੋਂ ਪਹਿਲਾਂ ਅਗਰ ਨਹਿਰੀ ਸਿਸਟਮ ਦੀ ਗੱਲ ਕੀਤੀ ਜਾਵੇ ਤਾਂ ਅੰਗਰੇਜ਼ਾਂ ਕੋਲੋਂ ਸਭ ਤੋਂ ਪਹਿਲਾਂ ਨਹਿਰੀ ਸਿਸਟਮ ਦੀ ਇਬਤਦਾ ਨਨਕਾਣਾ ਸਾਹਿਬ ਤੋਂ ਹੋਈ ਜਿਸ ਵੇਲੇ ਮਹਾਰਾਜਾ ਰਣਜੀਤ ਸਿੰਘ ਦੀ ਹਕੂਮਤ ਸੀ ਉਹਨਾਂ ਨੇ ਕਿਹਾ ਕਿ ਇਸ ਪੂਰੇ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦਾ ਨਹਿਰੀ ਸਿਸਟਮ ਬਣਾਇਆ ਜਾਵੇ ਕਿ ਸਾਰੇ ਸ਼ਹਿਰ ਵਾਲਿਆਂ ਨੂੰ ਵੀ ਪਾਣੀ ਦੀ ਕੋਈ ਮਸਲਾ ਨਾ ਰਹੇ ਸੋ ਉਹਨਾਂ ਨੇ ਇਹ ਜਿਹੜੀ ਸਾਡੇ ਤੋਂ ਦੂਰ 10 ਕਿਲੋਮੀਟਰ ਦੂਰ ਨਹਿਰ ਸੀ ਉਸ ਨਹਿਰ ਨੂੰ ਇੱਕ ਸਿਸਟਮ ਰਾਹੀਂ ਪਹਿਲੇ ਮਾਲਜੀ ਸਾਹਿਬ ਦੇ ਵਿੱਚ ਤਲਾਬ ਹੁੰਦਾ ਸੀ ਉਹਨੂੰ ਦਿੱਤਾ ਗਿਆ ਫਿਰ ਉਸ ਮਾਲਜੀ ਅੰਡਰਗਰਾਊਂਡ ਸੀ ਇਹ ਪਹਿਲਾ ਮਨਸੂਬਾ ਐਸਾ ਸੀ ਜਿਹੜਾ ਕਿ ਜਿੰਨੇ ਵੀ ਬਾਦਸ਼ਾਹ ਆਏ ਸੀ ਬਾਦਸ਼ਾਹ ਜਹਾਂਗੀਰ ਨੇ ਹਮਾਮ ਦੇ ਵਿੱਚ ਅੰਡਰਗਰਾਊਂਡ ਹਮਾਮ ਇੱਕ ਬਣਾਇਆ ਸੀ ਉਹਦੇ ਵਿੱਚ ਅੰਡਰਗਰਾਊਂਡ ਪਾਣੀ ਆਉਂਦਾ ਸੀ ਅਤੇ ਇਹ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਪੂਰੇ ਸ਼ਹਿਰ ਵਿੱਚ ਅੰਡਰਗਰਾਊਂਡ ਜਿਹੜਾ ਇਹ ਮਨਸੂਬਾ ਬਣਾਇਆ ਸੀ ਔਰ ਇਹ ਪਹਿਲਾ ਮਨਸੂਬਾ ਨਹਿਰ ਜਿਹੜਾ ਹੈ ਤੋੜ ਕੇ ਅਤੇ ਸ਼ਹਿਰ ਦੇ ਵਿੱਚ ਲਿਆਉਣ ਦਾ ਪਹਿਲਾ ਮਨਸੂਬਾ ਸੀ ਇਹਨੂੰ ਫਿਰ ਮਾਲਜੀ ਸਾਹਿਬ ਤੋਂ ਫਿਰ ਗੁਰਦੁਆਰਾ ਜਨਮ ਅਸਥਾਨ ਦੇ ਵਿੱਚ ਇਹ ਦੂਸਰੇ ਸਰੋਵਰ ਆਉਂਦਾ ਸੀ ਇੱਥੇ ਜਿਹੜੀ ਪਾਣੀ ਦੀ ਕਮੀ ਸੀ ਉਹ ਪੂਰੀ ਹੋ ਜਾਂਦੀ ਸੀ ਇਸ ਤੋਂ ਬਾਅਦ ਇਹ ਬਾਲੀ ਲਾ ਦੇ ਵਿੱਚ ਇਹ ਜਿੱਥੇ ਮਹਾਰਾਜ ਪਹਿਲੇ ਪਾਤਸ਼ਾਹ ਯਾਨੀ ਗੁਰੂ ਨਾਨਕ ਸਾਹਿਬ ਖੇਡਦੇ ਹੁੰਦੇ ਸੀ ਉੱਥੇ ਜਿਹੜਾ ਹੈ ਇਹ ਜਾਂਦਾ ਸੀ ਅਤੇ ਉਸ ਤੋਂ ਬਾਅਦ ਇਹ ਫਸਲਾਂ ਨੂੰ ਪਾਣੀ ਲਾ ਜਾਂਦਾ ਸੀ ਸੋ ਇਹ ਅਗਰ ਤਾਰੀਖੀ ਹਵਾਲੇ ਨਾਲ ਵੇਖਿਆ ਜਾਵੇ ਤਾਂ ਇਹ ਅੰਡਰਗਰਾਊਂਡ ਵੀ ਪਹਿਲਾ ਮਨਸੂਬਾ ਸੀ ਔਰ ਜਿਹੜੇ ਨਹਿਰੀ ਮਨਸੂਬਿਆਂ 'ਚ ਮਹਾਰਾਜਾ ਰਣਜੀਤ ਸਿੰਘ ਨੇ ਨਹਿਰੀ ਮਨਸੂਬੇ ਸ਼ੁਰੂ ਕੀਤੇ ਸੀ ਉਸ ਦੇ ਵਿੱਚ ਪਹਿਲਾ ਮਨਸੂਬਾ 1818 ਦੇ ਵਿੱਚ ਇਹ ਸੀ ਜਿਹੜਾ ਉਹਨਾਂ ਨੇ ਅੰਗਰੇਜ਼ਾਂ ਕੋਲੋਂ ਬਣਾਇਆ ਸੀ ਬਿਲਕੁਲ ਸਹੀ ਅਤੇ ਇਹਦਾ ਕੋਈ ਇਹ ਵੀ ਦੱਸਦੇ ਜਾਵੋ ਕਿ ਸਿੱਖੀ ਮਜ਼ਹਬ ਦੇ ਨਾਲ ਇਹਨਾਂ ਦਾ ਕੁਛ ਇੱਕ ਮਜ਼ਹਬੀ ਜਿਹੜੀ ਅਕੀਦਤ ਜੁੜੀ ਹੋਈ ਹੁੰਦੀ ਹੈ ਬਿਲਕੁਲ ਉਹ ਕਿਸ ਤਰ੍ਹਾਂ ਜੁੜਦੀ ਹੈ ਕਿਸ ਤਰ੍ਹਾਂ ਹੁੰਦੀ ਹੈ ਲੋਕ ਇਸ ਨੂੰ ਇਤਿਹਾਸਕ ਜਾਂ ਤਾਰੀਖੀ ਸਰੋਵਰ ਸਾਹਿਬ ਆ ਕੇ ਇਸ ਦੇ ਵਿੱਚ ਆਪਣੇ ਮੁਕੱਦਸ ਇਸ਼ਨਾਨ ਕਰਦੇ ਨੇ ਇਸ਼ਨਾਨ ਕਰਕੇ ਫਿਰ ਉਹ ਗੁਰਦੁਆਰੇ ਜਾਂਦੇ ਨੇ ਸੋ ਇਹ ਇੱਕ ਮੁਕੱਦਸ ਇਸ਼ਨਾਨ ਜਿਹੜਾ ਉਹ ਵੀ ਇੱਕ ਇਸ ਤੋਂ ਹਾਸਲ ਹੈ ਬਿਲਕੁਲ ਜੀ ਠੀਕ ਹੈ ਬਹੁਤ ਸ਼ੁਕਰੀਆ ਕਲਿਆਣ ਜੀ ਮੈਂ ਹੁਣ ਤੁਹਾਨੂੰ ਦਿਖਾ ਦਿੰਦਾ ਸਾਰੇ ਦੋਸਤੋ ਤੁਸੀਂ ਜਾਣ ਤਾਂ ਗਏ ਹੀ ਹੋਵੋਗੇ ਜਿਸ ਤਰ੍ਹਾਂ ਕਲਿਆਣ ਜੀ ਸਾਰਿਆਂ ਨੂੰ ਦੱਸ ਰਹੇ ਸੀ ਅਤੇ ਇਹ ਹੈ ਜੀ ਉਹ ਮੁਕੱਦਸ ਸਰੋਵਰ ਜਾਂ ਕਿ ਉਸਨੂੰ ਇੱਥੋਂ ਦੀ ਆਸਾਨ ਭਾਸ਼ਾ ਦੇ ਵਿੱਚ ਅਸੀਂ ਤਲਾਬ ਕਹਿ ਸਕਦੇ ਹਾਂ ਅੱਛਾ ਅੱਗੇ ਤੱਕ 20 ਫੁੱਟ ਹੈ ਅੱਜ ਤੂੰ ਇੱਥੋਂ ਤੱਕ ਆ ਜਾਂਦਾ ਨਾ ਤੇ ਇਹ ਵੀ ਲੁੱਕ ਜਾਂਦਾ ਹੈ ਜੀ ਕਲਿਆਣ ਜੀ ਦੱਸ ਰਹੇ ਹਨ ਕਿ ਇਹਦੀ ਗਹਿਰਾਈ ਜਿਹੜੀ ਹੈ ਅੱਗੇ 20 ਫੁੱਟ ਤੱਕ ਹੈ ਬਹੁਤ ਗਹਿਰਾ ਤਲਾਬ ਹੈ ਫਿਰ ਤੁਸੀਂ ਬਹੁਤ ਗਹਿਰਾ ਹੁਣ ਪਾਣੀ ਕਿੱਧਰ ਲੈ ਕੇ ਆਉਣਾ ਹੁਣ ਸਿਸਟਮ ਹੀ ਤੋੜ ਦਿੱਤਾ ਅੰਗਰੇਜ਼ਾਂ ਨੇ ਹਾਂ ਅੰਗਰੇਜ਼ਾਂ ਨੇ ਸਿਰਫ ਆਪਣਾ ਸਾਰਾ ਕੁਝ ਯਾਦ ਕਰਾ ਦਿੱਤਾ ਕਿ ਅਸੀਂ ਜੋ ਕੀਤਾ ਵਾ ਨਹਿਰੀ ਨਿਜ਼ਾਮ ਉਹ ਦੁਨੀਆਂ ਦਾ ਕੋਈ ਨਹਿਰੀ ਨਿਜ਼ਾਮ ਨਹੀਂ ਕਰ ਸਕਿਆ